ਕਦੋਂ ਤੱਕ ਨਹੀਂ ਆਉਂਦਾ? ਇੱਕ ਦਿਨ ਨਹੀਂ ਆਏਗਾ, ਦੋ ਦਿਨ, ਮਹੀਨਾ ਨਹੀਂ ਆਏਗਾ, ਅਸੀਂ ਮਹੀਨਾ ਇੱਥੇ ਬੈਠੇ ਹਾਂ ਸਰ। ਸਾਡਾ ਟ੍ਰਾਂਸਫਾਰ ਨਹੀਂ ਚੇਂਜ ਹੁੰਦਾ, ਹੁਣੀ ਆਏ ਸੀਗੇ ਬਿਜਲੀ ਵਾਲੇ, ਕਰਕੇ ਗਏ ਨੇ ਉਹ ਲਾ ਕੇ ਨਾਲ ਹੀ ਫੇਰ ਉਹ ਫੇਸ ਉੱਡ ਗਿਆ। ਪੂਰੇ ਮਹੱਲਿਆਂ ਤੋਂ ਫਟਫਟ ਅਸੀਂ ਪਾਣੀ ਲੈ ਕੇ ਆ ਰਹੇ ਹਾਂ। 5 ਦਿਨ ਹੋ ਗਏ ਮਹੱਲੇ 'ਚ ਲਾਈਟ ਹੈ ਨੀਗੀ, ਜੇ ਲਾਈਟ ਹੈ ਨਹੀਂ ਤਾਂ ਪਾਣੀ ਵੀ ਹੈ ਨੀਗਾ। ਸਰ 5 ਦਿਨ ਹੋ ਗਏ ਨਾ ਤਾਂ ਬਿਜਲੀ ਆਉਣ ਦੀ ਕੋਈ ਸੁਣਵਾਈ ਹੈ, ਆਉਂਦੇ ਨੇ ਦੇਖ ਕੇ ਚੱਲ ਜਾਂਦੇ ਨੇ, ਹਾਂਜੀ ਸਾਡਾ ਹੱਲ ਕਰਦੇ ਹਾਂ ਪਰ ਹੱਲ ਨਹੀਂ ਹੋ ਰਿਹਾ ਸਰ। ਜਦ ਤੱਕ ਲਾਈਟ ਨਹੀਂ ਆਉਂਦੀ ਅਸੀਂ ਨਹੀਂ ਹਿਲਦੇ ਇੱਥੋਂ, ਹੁਣ ਅਸੀਂ ਤਾਂ ਆਪਣੇ ਬੱਚੇ ਵੀ ਲੈ ਗਏ। ਆਪਣੀ ਡਿਊਟੀ ਕਰਨ ਤਾਂ ਆਣਗੇ ਨਾ ਉਹ? ਹਾਂ ਤਾਂ ਕੋਈ ਨਹੀਂ, ਫਿਰ ਅਸੀਂ ਸਵਾਲ ਜਵਾਬ ਕਰਾਂਗੇ, ਉਹਨਾਂ ਡਿਊਟੀ ਕਰਾਂਗੇ। ਯਾਰ ਸਾਡਾ ਕੰਮ ਕਰਾਓ ਜੀ, ਬੈਠਿਆਂ ਨਹੀਂ ਕੰਮ ਕਰਾਇਆ। ਹੁਣ ਥੋੜ੍ਹਾ ਤਾਂ ਕਰ ਲਈ, ਹੁਣ ਘਰਾਂ ਦੇ ਵਿੱਚ ਤਾਂ ਸਾਡੇ ਲਾਈਟ ਨਹੀਂ, ਇਹ ਕਹਿੰਦੇ ਘਰੇ ਜਾਓ ਤੁਸੀਂ। ਹੁਣ ਅਸੀਂ ਕਿਹਾ ਯਾਰ ਥੋੜ੍ਹਾ ਕੂਲਰ ਦੀ ਹਵਾ ਲੈ ਲਈਏ, 5 ਦਿਨ ਬਾਅਦ ਲੈ ਰਹੇ ਹਾਂ ਹਵਾ ਅਸੀਂ। ਖਾਲੀ ਪਈ ਹੈ, ਪੱਖਾ ਚੱਲਦਾ ਪਿਆ, ਕੂਲਰ ਚੱਲਦਾ ਪਿਆ, ਵੈ ਬੰਦਾ ਹੈ ਕੌਣ? ਸਾਨੂੰ ਕੋਈ ਪਤਾ ਨਹੀਂ, ਅਸੀਂ ਤਾਂ ਦੇਖਿਆ ਨਹੀਂ ਬਈ ਇੱਥੇ ਆਇਆ ਨੂੰ। ਕੂਲਰ ਕਾਹਦਾ ਸਵਾਹ ਮਿਲ ਗਿਆ, ਉਹ ਕਹਿੰਦੇ ਨਿਕਲੋ ਬਾਹਰ, ਉਹ ਬੈਠਣੇ ਨਹੀਂ ਦਿੰਦੇ ਸਾਨੂੰ। ਅਸੀਂ ਕਿਹਾ ਅਸੀਂ ਤਾਂ ਜਾਣਾ ਨਹੀਂ ਨਾ, ਸਾਡਾ ਹੱਲ ਨਹੀਂ ਹੁੰਦਾ ਕੋਈ। ਇੱਕਦਮ ਲੋਡ ਆ ਗਿਆ ਤਾਂ ਕਰਕੇ ਆ ਗਈ ਆ ਸਮੱਸਿਆ, ਬਾਕੀ ਇਹੋ ਜਿਹੀ ਕੋਈ ਗੱਲ ਨਹੀਂ ਹੈਗੀ ਵੀ ਕੋਈ ਲੇਟ ਹੋ ਰਿਹਾ ਵਾ ਕੰਮ, ਜਾਂ ਕੋਈ 2 ਸਾਲ ਤੋਂ ਇੱਦਾਂ ਦਾ ਕੋਈ ਇਸ਼ੂ ਨਹੀਂ ਹੈ। ਬਟ ਫਿਲਹਾਲ ਅਸੀਂ ਟੈਂਪਰੇਰੀ ਸਲਿਊਸ਼ਨ ਇਹਨਾਂ ਦਾ ਥੋੜ੍ਹਾ ਲੋਡ ਉਤਾਰ ਕੇ, ਇੱਕ ਕੋਲ ਹੀ ਇੱਕ ਹੋਰ ਟਰਾਂਸਫਾਰਮਰ ਹੈਗਾ, ਉਹ 'ਤੇ ਲੋਡ ਘੱਟ ਆ, ਉਹਦੇ 'ਤੇ ਅਸੀਂ ਸ਼ਿਫਟ ਕਰ ਰਹੇ ਹਾਂ। ਲੁਧਿਆਣਾ ਲਾਈਵ ਦੇਖਣ ਵਾਲੇ ਤਮਾਮ ਦਰਸ਼ਕਾਂ ਦਾ ਸਵਾਗਤ ਹੈ, ਮੈਂ ਵਿਸ਼ਾਲ ਕਪੂਰ। ਉੱਤੋਂ ਅੱਤ ਦੀ ਗਰਮੀ ਹੋਵੇ ਤਾਂ ਬਿਜਲੀ ਘਰ ਨਾ ਹੋਵੇ, ਤਾਂ ਲੋਕ ਕਰਨ ਤਾਂ ਕਰਨ ਕੀ, ਸੜਕਾਂ ਦੇ ਉੱਤੇ ਲੋਕ ਆ ਗਏ ਨੇ ਅਤੇ ਬੇਬਸ ਹੋ ਚੁੱਕੇ ਹੋਏ ਨੇ। ਬਿਜਲੀ ਘਰ ਦਾ ਘਿਰਾਵ ਕਰ ਦਿੱਤਾ ਗਿਆ ਫੋਕਲ ਪੁਆਇੰਟ ਦਾ, ਲੇਕਿਨ ਦਫ਼ਤਰ ਦੇ ਅੰਦਰ ਕੋਈ ਵੀ ਮੁਲਾਜ਼ਮ ਮੌਜੂਦ ਨਹੀਂ ਹੈਗਾ, ਵੱਡੇ ਅਧਿਕਾਰੀ ਵੀ ਮੌਜੂਦ ਨਹੀਂ ਹੈਗੇ। ਇਹ ਉਹ ਨਿਵਾਸੀ ਨੇ, ਆਵਾਮ ਹੈ ਲੁਧਿਆਣਾ ਸ਼ਹਿਰ ਦੀ, ਜੋ ਬਾਹਰ ਬਿਜਲੀ ਘਰ ਦੇ ਬਾਹਰ ਖੜੀ ਹੋਈ ਹੈ। ਕਿਉਂ ਖੜੀ ਹੈ? ਕਿਉਂਕਿ ਲਾਈਟ ਨਹੀਂ ਘਰਾਂ ਦੇ ਵਿੱਚ 4 ਦਿਨ ਤੋਂ। ਬਾਈ ਕਿੰਨੇ ਦਿਨ ਤੋਂ ਲਾਈਟ ਨਹੀਂ ਆ ਰਹੀ? ਪਿਛਲੇ 5 ਦਿਨ ਤੋਂ ਲਾਈਟ ਨਹੀਂ ਹੈਗੀ ਜੀ। ਨਾ ਪਾਣੀ ਹੈ, ਨਾ ਲਾਈਟ, ਨਾ ਪਾਣੀ, ਪਿਛਲੇ 5 ਦਿਨ ਤੋਂ। ਇੰਤਜ਼ਾਮ ਕਰ ਰਹੇ ਹੋ? ਬਸ ਇੱਦਾਂ ਹੈ ਜੀ, ਹੁਣ ਮਾੜੀ ਦੂਸਰੇ ਮਹੱਲਿਆਂ ਤੋਂ ਫਟਫਟ ਅਸੀਂ ਪਾਣੀ ਲੈ ਕੇ ਆ ਰਹੇ ਹਾਂ। 5 ਦਿਨ ਹੋ ਗਏ ਮਹੱਲੇ 'ਚ ਲਾਈਟ ਹੈ ਨੀਗੀ, ਜੇ ਲਾਈਟ ਹੈ ਨਹੀਂ ਤਾਂ ਪਾਣੀ ਵੀ ਹੈ ਨੀਗਾ। ਸਰ 5 ਦਿਨ ਹੋ ਗਏ ਨਾ ਤਾਂ ਬਿਜਲੀ ਆਉਣ ਦੀ ਕੋਈ ਸੁਣਵਾਈ ਹੈ, ਆਉਂਦੇ ਨੇ ਦੇਖ ਕੇ ਚੱਲ ਜਾਂਦੇ ਨੇ, ਹਾਂਜੀ ਸਾਡਾ ਹੱਲ ਕਰਦੇ ਹਾਂ ਪਰ ਹੱਲ ਨਹੀਂ ਹੋ ਰਿਹਾ ਸਰ। ਸਰ ਓਵਰਲੋਡ ਹੋਣ ਕਰਕੇ ਮਿੰਟ ਬਾਅਦ ਫੇਸ ਉੱਡ ਜਾਂਦਾ, ਉਹ ਆਉਂਦੇ ਨੇ ਕੁੰਡੀ ਲਾ ਲੈਂਦੇ ਨੇ ਵੀ ਹੁਣ ਤੁਸੀਂ ਦੇਖੋ ਲਾਈਟ ਆ ਗਈ, ਲਾਈਟ ਆਉਣ ਤੋਂ ਬਾਅਦ 2 ਘੰਟੇ ਬਾਅਦ ਫੇਰ ਉੱਡ ਜਾਂਦੀ ਹੈ ਸਰ। ਸਰ ਸਾਡੀ ਮੰਗ ਇਹ ਆ ਵੀ ਉੱਥੋਂ ਟਰਾਂਸਫਾਰਮ ਚੇਂਜ ਕੀਤਾ ਜਾਵੇ, ਸਾਡਾ ਟਰਾਂਸਫਾਰਮ ਦੂਸਰਾ ਰਖਵਾਇਆ ਜਾਵੇ ਵੱਡੇ ਲੋਡ ਵਾਲਾ। ਪਰ ਇਹ ਕੀ ਕਹਿ ਰਿਹਾ ਸਰ, 2 ਸਾਲ ਹੋ ਗਏ ਸਾਡਾ ਟਰਾਂਸਫਾਰਮ ਇੱਥੋਂ ਅਪਲਾਈ ਹੋ ਚੁੱਕਿਆ ਵਾ ਪਰ ਇਹ ਟਰਾਂਸਫਾਰਮ ਲਗਾ ਨਹੀਂ ਰਹੇ। ਨਹੀਂ, ਲੇਕਿਨ ਜਦੋਂ ਸਰਕਾਰ ਜਦੋਂ ਆਈ ਸੀ ਉਦੋਂ ਕਹਿੰਦੀ ਸੀ ਬਲਬ ਤੱਕ ਨਹੀਂ ਝਪੂਗਾ, ਤੁਸੀਂ ਹੁਣ ਬਾਹਰ ਆ ਗਏ ਹੋ ਸਰ? ਇਹ ਤਾਂ ਸਾਨੂੰ ਆਈ ਕਹਿੰਦਾ ਸਰ, ਸਾਨੂੰ ਫ੍ਰੀ ਦੀ ਬਿਜਲੀ ਨਹੀਂ ਚਾਹੀਦੀ, ਪਰ ਸਾਨੂੰ ਬਿਜਲੀ ਦਾ ਪ੍ਰੋਪਰ ਦੇ ਦਿਓ। ਸਮਝ ਆ ਗਈ ਨਾ, ਹੁਣ ਫ੍ਰੀ ਦਾ ਲਾਲਚ ਨਹੀਂ ਲੈਣਾ ਚਾਹੀਦਾ। ਬਿਲਕੁਲ ਸਰ, ਇਹ ਤਾਂ ਪਹਿਲੇ ਵੀ ਇਹਦੇ ਹੱਕ 'ਚ ਨਹੀਂ ਸੀਗੇ ਵੀ ਸਾਨੂੰ ਫ੍ਰੀ ਦਾ ਨਹੀਂ ਕੁਝ ਚਾਹੀਦਾ, ਪਰ ਸਾਨੂੰ ਪ੍ਰੋਪਰ ਟਾਈਮ 'ਤੇ ਬਿਜਲੀ ਤਾਂ ਦਿਓ। ਸਰਪਲਸ ਆਣੀ ਚਾਹੀਦੀ, ਬਿਲਕੁਲ ਬਿਲਕੁਲ ਸਰਪਲਸ ਬਿਜਲੀ ਆਣੀ ਚਾਹੀਦੀ ਹੈ। ਬਾਹਰ ਖੜਾ ਹੋ ਜਾ ਰਿਹਾ ਇਸ ਸਮੇਂ? ਇਹ ਤਾਂ ਸਰ ਤੁਸੀਂ ਵੀ ਖੜੇ ਹੋ, ਤੁਹਾਨੂੰ ਪਤਾ ਹੈ ਜੀ ਕਿੰਨੀ ਹੁੰਮਸ ਦੇ ਵਿੱਚ ਹੈ। ਸਰ 5 ਦਿਨ ਹੋ ਗਏ ਸਕੂਲੋਂ ਫੋਨ ਇਹ ਆਉਂਦਾ ਵੀ ਤੁਹਾਡਾ ਬੱਚਾ ਸੋ ਕੇ ਨਹੀਂ ਆਉਂਦਾ। ਸਰ ਮੇਰੀ ਬੇਟੀ ਹੈ ਸਕੂਲੇ ਜਾਂਦੀ ਹੈ, ਉਹ ਸਕੂਲ ਦੇ ਵਿੱਚ ਸੋ ਜਾਂਦੀ, ਕਿਉਂਕਿ ਕਿਉਂ ਰਾਤ ਪੂਰੀ ਸੋ ਨਹੀਂ ਸਕਦੀ, ਉਹ ਲਾਈਟ ਹੈ ਨਹੀਂ ਗੀ ਸਰ, ਬਗੈਰ ਪੱਖੇ ਬੱਚਾ ਕਿੱਥੋਂ ਸੋਏਗਾ ਸਰ? ਸਰ ਕੋਈ ਵੀ ਨਹੀਂ ਅੰਦਰ ਹੈਗਾ, ਕੋਈ ਸੁਣਵਾਈ ਨਹੀਂ ਹੈਗੀ, ਸਭ ਉੱਠ ਕੇ ਦੌੜ ਗਏ। ਹਾਂ, ਔਰ ਪੱਖੇ ਚੱਲਦੇ ਪਏ ਇਹਨਾਂ ਦੇ, ਕੂਲਰ ਬਿਜਲੀ ਚੱਲਦੇ ਪਏ ਇਹਨਾਂ ਦੇ, ਆ ਕੇ ਦੇਖੋ ਤੁਸੀਂ। ਬਿੱਲ ਥੋੜੀ ਨਾ ਦੇਣਾ ਇਹਨਾਂ ਦੀ, ਬਿਜਲੀ 24 ਘੰਟੇ ਆ। ਬਿਲਕੁਲ ਸਰ, ਫਿਰ ਸਾਡਾ ਤਾਂ ਸੁਣਵਾਈ ਕਰੋ ਨਾ ਸਰ। ਗ੍ਰਿਡ ਹੈ, ਗ੍ਰਿਡ ਤੇ ਤਾਂ ਲਾਈਟ ਆਊਗੀ ਆਊਗੀ। ਬਿਲਕੁਲ ਸਰ, ਇਹ ਤਾਂ ਪਰ ਉਹੀ ਹੈ ਨਾ ਸਰ, ਇਹਦੇ ਵਿੱਚ ਗਰੀਬ ਬੰਦਾ ਤਾਂ ਮਾਰਿਆ ਗਿਆ, ਇਹ ਆਪ ਤਾਂ ਬੈਠੇ ਨੇ ਕੂਲਰਾਂ ਥੱਲੇ, ਪਰ ਸਾਡਾ ਕੀ ਬਾਈ? ਤੁਸੀਂ ਆਵਾਮ ਹੋ, ਇਹ ਗਲਤੀ ਹੈ ਤੁਹਾਡੀ, ਤੁਸੀਂ ਆਵਾਮ ਹੋ, ਤੁਸੀਂ ਵੋਟਾਂ ਦਿੰਦੇ ਹੋ, ਫਿਰ ਬਾਅਦ ਭੁਗਤਦੇ ਵੀ ਹੋ। ਸਰ ਫਿਰ ਇਹਦਾ ਮਤਲਬ ਇਹ ਤਾਂ ਨਹੀਂ ਵੀ ਤੁਸੀਂ ਸਾਡੇ ਨਾਲ ਜਾਇਜ਼ ਕਰੋ, ਵੋਟਾਂ ਦੇ ਟਾਈਮ ਤੁਸੀਂ ਹੱਥ ਜੋੜ ਦਿੰਦੇ ਹੋ ਆ ਕੇ ਸਾਨੂੰ ਵੋਟ ਪਾਓ ਜੀ, ਆਹ ਵੋਟ ਪਾਉਂਦਾ ਮਤਲਬ ਇਹ, ਅਸੀਂ ਮਤਲਬ ਅਸੀਂ ਵੋਟਾਂ ਪਾਣੀਆਂ ਬੰਦ ਕਰ ਦਈਏ ਵੀ ਤੁਸੀਂ ਸਾਡੇ ਦਰਵਾਜ਼ਿਆਂ ਸਾਨੂੰ ਜੁੱਤੀਆਂ ਮਾਰੀਏ ਸੀ, ਤੁਸੀਂ ਇਹ ਚਾਹੁੰਦੇ ਹੋ ਹੁਣ? ਸਹੂਲਤਾਂ ਵੀ ਦੇਣੀ ਚਾਹੀਦੀ ਤੁਹਾਨੂੰ। ਬਿਲਕੁਲ ਦੇਣੀ ਚਾਹੀਦੀ ਹੈ ਸਰ, ਪਰ ਸੁਣਵਾਈ ਹੈ ਨਹੀਂ ਸਰ। 1998 ਤੋਂ ਸਾਡਾ ਟਰਾਂਸਫਾਰਮ ਲੱਗਿਆ, ਉਸ ਤੋਂ ਬਾਅਦ ਚੇਂਜ ਨਹੀਂ ਹੋਇਆ ਉਹ, ਔਰ ਏਰੀਆ ਵਧਿਆ ਨਹੀਂ, ਆਬਾਦੀ ਨਹੀਂ ਵਧੀ। ਜਿਹੜਾ ਦੂਸਰੇ ਮਹੱਲੇ ਦਾ ਲੋਡ ਸੀਗਾ ਉਹ ਵੀ ਸਾਡੇ ਟਰਾਂਸਫਾਰਮ ਦੇ ਪਾਤਾ ਉਹਨਾਂ ਨੇ।
ਆਬਾਦੀ ਵੱਧਦੀ ਹੈ ਨਾ, ਇਹਨਾਂ ਦਾ ਇੱਕ ਸਰਵੇ ਜਾਂਦਾ ਵਾ, ਉੱਥੇ ਸਰਵੇ ਕਰਕੇ ਆਉਂਦਾ ਕਿੰਨੇ ਪਾਪੂਲੇਸ਼ਨ ਵੱਧ ਚੁੱਕੀ ਹੋਈ ਹੈ, ਉਸ ਹਿਸਾਬ ਦੇ ਨਾਲ ਨਵਾਂ ਟਰਾਂਸਫਾਰਮਰ ਰੱਖਿਆ ਜਾਂਦਾ ਲੋਡ ਦੇ ਹਿਸਾਬ ਦੇ ਨਾਲ। ਉਹ ਕਿੱਥੇ ਆਊਗਾ ਬਾਈ, ਗਰਮੀ ਇੰਨੀ ਹੋ, ਉਹਨੇ ਬਾਹਰ ਆ ਕੇ ਕਰਨਾ ਕੀ ਹੈ, ਧੁੱਪੇ 'ਚ ਕਾਲਾ ਹੋਣਾ ਉਹਨੇ। ਫਿਰ ਕੋਈ ਨਹੀਂ ਸਰ, ਅਸੀਂ ਬੈਠੇ ਹਾਂ ਅੱਜ, ਕਦੋਂ ਤੱਕ ਨਹੀਂ ਆਉਂਦਾ, ਇੱਕ ਦਿਨ ਨਹੀਂ ਆਏਗਾ, ਦੋ ਮਹੀਨਾ ਨਹੀਂ ਆਏਗਾ, ਅਸੀਂ ਮਹੀਨਾ ਇੱਥੇ ਬੈਠੇ ਹਾਂ ਸਰ। ਸਾਡਾ ਟਰਾਂਸਫਾਰਮਰ ਨਹੀਂ ਚੇਂਜ ਹੁੰਦਾ, ਹੁਣੀ ਆਏ ਸੀਗੇ ਬਿਜਲੀ ਵਾਲੇ ਕਰਕੇ ਗਏ ਨੇ, ਉਹ ਲਾ ਕੇ ਗਏ ਨਾਲ ਹੀ, ਫੇਰ ਫੇਸ ਉੜ ਗਿਆ। ਬਿਲਕੁਲ ਸਰ, ਸਰ ਉਹਨੇ ਫੇਰ ਉਹ ਲਾ ਕੇ ਥੱਲੇ ਉਤਰੇ ਹੋਣੇ ਸਰ, ਫੇਸ ਫੇਸ ਉੜ ਗਿਆ ਉਹਨਾਂ ਦਾ। ਕਲੋਨੀ ਦਾ ਵੀ ਹੈ ਨਾ, ਸ਼ੰਕਰ ਕਲੋਨੀ ਦਾ ਵੀ ਵਿੱਚ, ਇਹ ਤਿੰਨ ਚਾਰ ਕਲੋਨੀਆਂ ਦਾ ਜੀ ਇਕੱਠਾ। ਹਾਂਜੀ ਸਾਰਾ, ਹਾਂਜੀ ਛੋਟਾ ਹੀ ਵਾਰਡ ਹੈ ਜੀ, ਬਹੁਤ ਜਲਦੀ ਜਾਂਦਾ, ਬੱਚੇ ਸਕੂਲਾਂ ਦੇ ਬਹੁਤ ਪਰੇਸ਼ਾਨ ਨੇ, ਇੰਨੇ ਪਰੇਸ਼ਾਨ ਨੇ ਨਾ ਹੱਦ ਤੋਂ ਜ਼ਿਆਦਾ। ਬੱਚਿਆਂ ਨੂੰ ਉੱਤੇ ਇਹਨਾਂ ਨੂੰ ਕਹ ਦੋ ਦਫ਼ਤਰ ਬਣਾ ਕੇ ਦੇ ਦੇਣਾ ਸਾਨੂੰ ਸਰ, ਜੇ ਇਹਨਾਂ ਨੇ ਸਾਡਾ ਹੱਲ ਨਹੀਂ ਕੀਤਾ, ਅਸੀਂ ਆਪਣੇ ਬੱਚੇ ਇੱਥੇ ਲੈ ਕੇ ਆਏ ਨੇ। ਬਿਲਕੁਲ ਸਰ, ਘੱਟੋ ਘੱਟ ਸੋ ਤਾਂ ਲੈਣਗੇ ਸਰ, ਪੰਜ ਦਿਨ ਹੋ ਗਏ ਬੱਚੇ ਸੁੱਤੇ ਨਹੀਂ, ਪਾਣੀ ਹੈ ਨੀਗਾ, ਵਿਧਾਇਕ ਸਾਹਿਬ ਗੈਪ ਨੇ, ਤਾਲੇ ਲੱਗੇ ਹੋਏ ਸਰ, ਇਹ ਤਾਂ ਤੁਸੀਂ ਜਾ ਕੇ ਪੁੱਛੋ ਹੁਣ ਕਿੱਥੇ ਨੇ, ਅਸੀਂ ਤਾਂ ਜਾ ਕੇ ਹੱਲ ਕਰ ਲਿਆ ਵੀ ਬਹਿ ਗਏ ਤਾਂ ਵੀ ਜਦੋਂ ਦੇਖਦੇ ਹਾਂ ਕਦੋਂ ਤੱਕ ਨਹੀਂ ਆਉਂਦੇ, ਵੀ ਜਦੋਂ ਤੱਕ ਨਹੀਂ ਆਉਂਦੇ ਅਸੀਂ ਨਹੀਂ ਇੱਥੋਂ ਹਿੱਲਣਾ ਹੈਗਾ, ਅਸੀਂ ਇੱਥੇ ਬੈਠੇ ਰਹਿਣਾ, ਅੱਜ ਟਰਾਂਸਫਾਰਮਰ ਬਦਲਵਾਉਣਾ, ਵੀ ਅਸੀਂ ਟਰਾਂਸਫਾਰਮਰ ਬਦਲਵਾਉਣਾ ਸਰ। ਕਿੰਨੀ ਆਬਾਦੀ ਹੋਣੀ ਹੈ ਤੁਹਾਡੇ ਤੇ ਜਿਹੜੇ ਉਹ ਟਰਾਂਸਫਾਰਮਰ ਤੇ ਪੈਰੀ, ਕਿੰਨੀ ਆਵਾਮ ਦੀ ਆਬਾਦੀ ਹੋਣੀ ਹੈ? ਸਾਡਾ 2000 ਘਰ ਹੈ ਜੀ ਸਾਡੇ ਏਰੀਏ ਦਾ। ਹਾਂਜੀ ਸਰ, 2000 ਘਰ ਆ, ਲੇਕਿਨ ਜਿਹੜਾ ਦੂਸਰੇ ਏਰੀਏ ਦਾ ਵੀ ਉਹ ਵੀ ਸਾਡੇ ਟਰਾਂਸਫਾਰਮ ਤੇ ਚੱਲਦਾ ਸਰ, ਉਹ ਸਾਡੇ ਨਾਲੋਂ ਏਰੀਆ ਵੱਡਾ ਆ। ਸੂਰਤ ਦਿੱਤੀ ਆ ਵੋਟਾਂ ਨੇ, ਭੋਲੇ ਨੇ ਦਿੱਤੀ ਸੂਰਤ, ਅਸੀਂ ਇੱਥੇ ਆਉਣ ਵਾਸਤੇ ਜਮਾਲਪੁਰ, ਅਸੀਂ ਜਾ ਫੋਕਲ ਪੁਆਇੰਟ। ਹਾਂਜੀ, ਚੰਗੀ ਸੂਰਤ ਦਿੱਤੀ ਸਾਨੂੰ, ਇਸ ਕਰਕੇ ਇੱਥੇ ਪਹੁੰਚੇ ਫੋਕਲ ਪੁਆਇੰਟ, ਸੂਰਤ ਦਿੱਤੀ ਨਾ, ਜਾਓ ਉਧਰ, ਇਹ ਲੈਟ ਆਈ ਸਾਨੂੰ ਨੇ, ਹੱਲ ਹੋ ਰਿਹਾ, ਕੋਈ ਹੱਲ ਨੀ ਹੋਇਆ ਹੈਗਾ, ਹਜੇ ਤੱਕ ਕੋਈ ਹੱਲ ਨੀ ਹੋਇਆ, ਜਦਕਿ ਅਸੀਂ ਤਾਂ ਬੈਠੇ ਹਾਂ ਪੂਰੇ ਟਾਈਮ ਤੱਕ। ਅਸੀਂ 12 ਵਜੇ ਆ ਗਏ ਸੀ। ਹਾਂਜੀ, ਕੋਈ ਹੱਲ ਨੀ, ਆਪ ਹੀ ਨੀ ਬੈਠੇ ਹੈਗੇ ਨਾ, ਮਹਿਕਮਾ ਦੇਖ ਲਓ ਕੈਸਾ। ਲੇਕਿਨ ਤੁਹਾਨੂੰ ਮੈਂ ਅੰਦਰ ਦੀ ਤਸਵੀਰ ਦਿਖਾ ਦਵਾਂ, ਇਹ ਐਕਸੀਅਨ ਦਾ ਕਮਰਾ, ਐਕਸੀਅਨ ਸਾਹਿਬ ਕਿੱਥੇ ਹੈਗੇ ਨੇ ਦੇਖਦੇ ਹਾਂ, ਐਕਸੀਅਨ ਸਾਹਿਬ ਹੈਗੇ ਨੇ, ਆਹ ਤਾਲਾ ਲੱਗਾ ਜੀ ਐਕਸੀਅਨ ਸਾਹਿਬ ਦੇ ਕਮਰੇ ਨੂੰ, ਐਕਸੀਅਨ ਸਾਹਿਬ ਦੇ ਕਮਰੇ ਨੂੰ ਤਾਲਾ ਲੱਗਾ। ਐਸਡੀਓ ਸਾਹਿਬ ਕਿੱਥੇ ਨੇ, ਜੇਈ ਸਾਹਿਬ ਕਿੱਥੇ ਨੇ ਯਾਰ, ਐਸਡੀਓ ਸਾਹਿਬ, ਐਸਡੀਓ ਕਿੱਥੇ ਨੇ, ਜੇਈ ਕਿੱਥੇ ਨੇ, ਮਹੱਲੇ ਦੀ ਹਵਾ ਨੇ ਇੱਥੇ ਦਵਾ ਲੈ ਲਈ ਵੀਰੇ, ਘਰ ਦੀ ਹਵਾ ਆ ਕੀ ਆ, ਪੂਰੇ ਪਿੰਡ ਦੇ ਉੱਤੇ ਸਾਰੇ ਹੁਣ ਥੋੜਾ ਤਾਂ ਕਰ ਲਈ, ਹੁਣ ਘਰਾਂ ਦੇ ਵਿੱਚ ਤਾਂ ਸਾਡੇ ਲਾਈਟ ਨਹੀਂ, ਇਹ ਕਹਿੰਦੇ ਘਰੇ ਜਾਓ ਤੁਸੀਂ, ਹੁਣ ਅਸੀਂ ਕਿਹਾ ਯਾਰ ਥੋੜਾ ਕੂਲਰ ਦੀ ਹਵਾ ਲੈ ਲਈਏ, 5 ਦਿਨ ਬਾਅਦ ਲੈ ਰਹੇ ਹਾਂ ਹਵਾ ਅਸੀਂ, ਖਾਲੀ ਪਈ ਹੈ, ਪੱਖਾ ਚੱਲਦਾ ਪਿਆ, ਕੂਲਰ ਚੱਲਦਾ ਪਿਆ ਵਾ, ਬੰਦਾ ਹੈ ਕੌਣ, ਸਾਨੂੰ ਕੋਈ ਪਤਾ ਨਹੀਂ, ਅਸੀਂ ਤਾਂ ਦੇਖਿਆ ਨਹੀਂ ਬਈ ਇੱਥੇ ਆਇਆ ਨੂੰ, ਇੱਕ ਨੂੰ ਇੱਥੋਂ ਗੈਪ ਹੀ ਹੋ ਗਏ। ਹਾਂਜੀ ਸਾਰੇ ਗੈਪ ਹੀ ਹੋ ਗਏ, ਆਹੋ ਜਿਹੜਾ ਅੰਦਰ ਆਫਿਸ 'ਤੇ ਸੀਗਾ ਉਹ ਤਾਂ ਥੋੜ੍ਹੀ ਬਹੁਤੀ ਗੱਲਬਾਤ ਤਾਂ ਹੋਈ, ਬਾਕੀ ਬਾਅਦ 'ਚੋਂ ਤਾਂ ਨਿਕਲ ਗਏ। ਤੁਸੀਂ ਮੁਹੱਲੇ ਦੇ ਹੀ ਹੋ, ਤੁਸੀਂ ਵੀ ਹਵਾ ਲੈਣ ਆਏ ਹੋ, ਚਲੋ ਤੁਹਾਨੂੰ ਇੰਨੀ ਸਹੂਲਤ ਹੈਗੀ, ਕੂਲਰ ਮਿਲ ਗਿਆ, ਕੂਲਰ ਕਾਹਦਾ ਸਵਾਹ ਮਿਲ ਗਿਆ, ਉਹ ਕਹਿੰਦੇ ਨਿਕਲੋ ਬਾਹਰ, ਉਹ ਬੈਠਣ ਨਹੀਂ ਦਿੰਦੇ ਸਾਨੂੰ, ਅਸੀਂ ਕਿਹਾ ਅਸੀਂ ਤਾਂ ਜਾਣਾ ਨਹੀਂ ਨੇ, ਸਾਡਾ ਹੱਲ ਨਹੀਂ ਹੁੰਦਾ ਕੋਈ, ਬਿਜਲੀ ਜਲਦੀ ਵੀ ਸਰਪ੍ਰਸਤ ਆਈ, ਮੁਹੱਲੇ ਵਾਲਿਆਂ ਨੂੰ ਦੇ ਦੇਣ ਬਿਜਲੀ, ਆਉਣਗੀ ਨਾ ਬਾਹਰ,
ਆਪੇ ਸਹੀ ਗੱਲ ਵੀ ਸਾਨੂੰ ਬਿਜਲੀ ਮਿਲ ਜਾਏ, ਸਾਨੂੰ ਕੀ ਲੋੜ ਇੱਥੇ ਆਉਣ ਦੀ। ਕਿੰਨਾ ਕੁ ਮਜਬੂਰ ਹੋ ਚੁੱਕੇ ਹੋਏ ਹੋ? ਬਹੁਤ ਮਜਬੂਰ ਹੋ ਗਏ, ਬਹੁਤ ਜ਼ਿਆਦਾ ਮਜਬੂਰ ਹੋ ਕੇ ਤਾਂ ਹੀ ਸਾਨੂੰ ਇੱਥੇ ਆਉਣਾ ਪਿਆ। ਬਹੁਤ ਜ਼ਿਆਦਾ ਬੱਚੇ ਕੀ ਵੱਡੇ ਕੀ ਸਭ ਮਜਬੂਰ ਨੇ। ਹਾਂਜੀ, ਨਾ ਲਾਈਟ ਨਾ ਪਾਣੀ। ਸਾਰੀ ਆਵਾਮ ਜਿਹੜੀ ਇੱਥੇ ਆ ਕੇ ਬਹਿ ਗਈ ਹੋਈ ਹੈ ਦਫ਼ਤਰਾਂ ਦੇ ਵਿੱਚ। ਬਾਈ ਤੁਸੀਂ ਸਾਰੇ ਇੱਥੇ ਆ ਕੇ ਬਹਿ ਗਏ ਹੋ ਤੇ ਦਫ਼ਤਰਾਂ ਦੇ ਵਿੱਚ ਮੁਲਾਜ਼ਮ ਤਾਂ ਹੈ ਨਹੀਂ ਗਏ, ਸਾਰੇ ਚੱਕਦੇ ਇੱਥੋਂ ਪਹਿਲਾਂ ਸੀਗੇ, ਜਦ ਤੱਕ ਲਾਈਟ ਨਹੀਂ ਆਉਂਦੀ ਅਸੀਂ ਨਹੀਂ ਹਿਲਦੇ ਇੱਥੋਂ। ਹੁਣ ਅਸੀਂ ਤਾਂ ਆਪਣੇ ਬੱਚੇ ਵੀ ਲੈ ਆਏ, ਆਪਣੀ ਡਿਊਟੀ ਕਰਨ ਤਾਂ ਆਣਗੇ ਨਾ ਉਹ। ਹਾਂ ਤੇ ਕੋਈ ਨਹੀਂ, ਫਿਰ ਅਸੀਂ ਸਵਾਲ ਜਵਾਬ ਕਰਾਂਗੇ ਉਹਨਾਂ, ਡਿਊਟੀ ਕਰਾਂਗੇ ਜਾਂ ਸਾਡਾ ਕੰਮ ਕਰਾਓ ਜੀ, ਬੈਠਿਆਂ ਨਹੀਂ ਕੰਮ ਕਰਾਇਆ ਦੇ। ਕੋਈ ਨਹੀਂ ਸਰ, ਲੈ ਆਵਾਂਗੇ ਸਰ, ਅਸੀਂ ਤਿਆਰ ਹਾਂ, ਕੋਈ ਨਹੀਂ, ਬਾਹਰ ਟੈਂਪੂ ਖੜਾ ਵਾ, ਇਹਦਾ ਕੀ ਕਰਨਾ, ਗੱਦੇ ਪਾ ਕੇ ਵਿੱਚ ਲੈ ਆਣੇ, ਬਹਿ ਜਾਂਗੇ ਇੱਥੇ, ਅਸੀਂ ਆਪਣੇ ਨਿਆਣੇ ਲੈ ਆਣੇ ਇੱਥੇ। ਟੈਂਟ ਵਾਲੇ ਸਾਡੇ ਨਾਲ ਆਏ ਹੋਏ ਆ, ਹੋਰ ਦੱਸੋ ਤੁਸੀਂ ਕਿੱਥੇ ਭਾਜੀ ਭਾਈ ਆਇਓ ਯਾਰ, ਤੁਸੀਂ ਵੀ ਤਿਆਰ ਤਿਆਰੀ ਪੂਰੀ ਕਰਕੇ ਆਏ ਹੋ? ਹਾਂਜੀ ਹਾਂਜੀ। ਕੀ ਕੀ ਲਿਆ, ਟੈਂਟ ਲਿਆਏ ਹੋ? ਇਹ ਗੱਦੇ ਗੁੱਦੇ ਲੈ ਆਵਾਂਗੇ ਜੀ, ਲੋੜ ਪਈ ਗੱਦੇ ਗੁੱਦੇ ਲੈ ਆਵਾਂਗੇ। ਗੱਦੇ ਗੁੱਦੇ ਲੈ ਆਉਂਗੇ? ਹਾਂਜੀ ਹਾਂਜੀ। ਇੱਥੇ ਠੰਡੀ ਹਵਾ ਆ ਰਹੀ ਹੈ, ਪੱਖਾ ਬਾਹਰ ਲੱਗ ਜਾਂਦਾ, ਬਾਹਰਲਾ ਪੱਖਾ ਵੀ ਚੱਲ ਰਿਹਾ, ਸਹੂਲਤਾਂ ਪੂਰੀਆਂ ਇੱਥੇ ਬਿਜਲੀ ਘਰ ਦੇ ਵਿੱਚ, ਲੇਕਿਨ ਇਹ ਇਹ ਸਹੂਲਤਾਂ ਨਾ ਕਰਕੇ ਤੁਸੀਂ ਰੋਡ 'ਤੇ ਆ ਗਏ ਹੋ। ਇਹ ਸਾਡੇ ਕਰਕੇ ਹੀ ਹੈ ਜੀ ਇਹ ਸਹੂਲਤਾਂ, ਇਹ ਜਿਹੜੇ ਤਨਖਾਹਾਂ ਲੈ ਰਹੇ ਸਾਡੇ ਕਰਕੇ ਹੀ ਲੈ ਰਹੇ ਨੇ, ਟੈਕਸ ਅਸੀਂ ਦਿੰਦੇ ਹੈਗੇ ਆ, ਪਰ ਹਵਾ ਇਹ ਲੈ ਰਹੇ ਆ। ਗਰਮੀ 'ਚ ਤਾਂ ਅਸੀਂ ਮਰਦੇ ਪਏ ਨਾ, ਗਰਮੀ 'ਚ ਅਸੀਂ ਮਰਦੇ ਪਏ, ਸਵੇਰੇ 4 ਵਜੇ ਉੱਠ ਕੇ ਕੰਮ 'ਤੇ ਜਾਣਾ ਹੁੰਦਾ ਜੀ, ਜੇ ਨੀਂਦਾਂ ਹੀ ਨਹੀਂ ਪੂਰੀ ਹੋਣਗੇ, ਆਰਾਮ ਨਹੀਂ ਪੂਰਾ, ਕੰਮ ਅਸੀਂ ਕਿਵੇਂ ਕਰਨਾ? 2 ਦਿਨ ਹੋ ਗਏ ਦਿਹਾੜੀ ਟੁੱਟ ਗਈ ਕੰਮ ਤੋਂ ਸਾਡੀ, ਕਿਵੇਂ ਕੰਮ ਕਰਾਂਗੇ ਦੱਸੋ? ਅਸੀਂ ਚੱਕਦੇ ਹੀ ਨਹੀਂ ਜੀ ਫੋਨ, ਕੋਈ ਨਹੀਂ ਚੱਕਦਾ ਫੋਨ, ਕੋਈ ਨਹੀਂ ਚੱਕਦਾ। ਦਿਓ ਯਾਰ ਬਾਈ ਜੀ, ਮੈਨੂੰ ਇੱਕ ਮਿੰਟ ਦਈਓ ਨੰਬਰ ਕੀ ਹੈਗਾ ਬੋਲਣਾ। ਸਰ ਆਹ ਦੇਖੋ, ਐਕਸ਼ਨ ਸਾਹਿਬ ਦਾ ਕੱਲ੍ਹ ਰਾਤੀ ਫੋਨ ਕੀਤਾ ਸੀ ਉਹਨਾਂ ਨੂੰ ਮੈਂ, ਠੀਕ ਹੈ ਜੀ, ਉਹਨਾਂ ਨੂੰ ਵਟਸਐਪ 'ਤੇ ਕੰਪਲੇਂਟ ਵੀ ਪਾਈ ਸਾਰੀ, ਮੈਨੂੰ ਕਹਿੰਦੇ ਕੰਪਲੇਂਟ ਨੰਬਰ ਭੇਜੋ। 10:18 ਮੈਂ ਉਹਨਾਂ ਨੂੰ ਕੰਪਲੇਂਟ ਪਾਈ ਆਪਣੇ ਫੋਨ ਤੋਂ ਪਾਈ ਸੀਗੀ, ਠੀਕ ਹੈ ਜੀ, ਟ੍ਰਾਂਸਫਾਰਮ ਦੀ ਵੀਡੀਓ ਵੀ ਬਣਾ ਕੇ ਭੇਜੀ ਆ ਪਲੱਸ ਉਹਨਾਂ ਨੂੰ ਵੀ ਸਰ ਇੱਦਾਂ ਕਰਕੇ ਆ ਸਰ ਆਹ ਸਪਾਰਕਿੰਗ ਕਰਦਾ ਪਿਆ ਉੱਪਰੋਂ, ਉਹ ਕਹਿੰਦੇ ਜੀ ਕੋਈ ਗੱਲ ਨਹੀਂ ਮੈਂ ਕਰਾਉਂਦਾ ਵਾਂ, ਠੀਕ ਹੈ ਜੀ, ਆਹ ਦੇਖੋ 10:55, ਠੀਕ ਹੈ ਜੀ, 10:57 'ਤੇ ਆ ਮੈਂ ਲਗਾਤਾਰ ਉਹਨਾਂ ਨੂੰ ਫੋਨ ਕਰਦਾ ਰਿਹਾ ਸਵੇਰੇ, ਯਾਨੀ ਕਿ ਰਾਤੀ 10 ਵਜੇ ਫੋਨ ਕੀਤਾ, 2 ਵਜੇ ਫੋਨ ਕੀਤਾ, 3 ਵਜੇ ਫੋਨ ਕੀਤਾ, 3:30 ਮੈਨੂੰ ਕਹਿੰਦੇ ਕਹਿੰਦੇ ਭਾਅ ਜੀ ਬੰਦੇ ਪੁਨੀਤ ਨਗਰ ਲੱਗੇ ਹੋਏ ਆ, ਲਾਈਟ ਠੀਕ ਕਰਕੇ ਤੁਹਾਡੇ ਕੋਈ ਆ ਰਹੇ ਨੇ, 6 ਵੱਜ ਗਏ, ਕੋਈ ਬੰਦਾ ਨਹੀਂ ਆਇਆ, 5 ਵਜੇ ਉੱਠ ਕੇ ਮੈਂ ਕੰਮ 'ਤੇ ਜਾਣਾ ਹੁੰਦਾ, ਮੈਂ 6 ਵਜੇ ਗਿਆ ਵਾਂ, ਕੋਈ ਬੰਦਾ ਨਹੀਂ ਆਇਆ ਜੀ। ਦੱਸ ਇਕੱਲੀ ਦਿੱਕਤ ਇਹਨੂੰ ਹੈ, ਇਹਨੂੰ ਹੈ, ਇਹਨਾਂ ਨੂੰ ਹੈ, ਹੋਰ ਕਿਸੇ ਨੂੰ ਹੈ ਨਹੀਂ, ਸਭ ਨੂੰ ਹੈ ਜੀ, ਸਭ ਨੂੰ ਹੈ ਜੀ। ਕਿਉਂ ਨਹੀਂ ਬੋਲਦੇ ਪਏ? ਬੋਲਦੇ ਤਾਂ ਪਏ ਆ ਜੀ, ਸੁਣਦਾ ਨਹੀਂ ਕੋਈ, ਬੋਲਿਆ ਹੁਣ ਬੋਲਦਿਆਂ ਨੇ ਮੈਂ, ਹੁਣ ਬੋਲਦਿਆਂ ਨੇ ਬੋਲਦਾ ਹੈ ਵੀ ਆ ਵੀ ਪੜਾ ਤਾਂ ਗਾਲਾਂ ਨਾਲ ਨਿਕਲੀਆਂ ਸਾਡੀ ਪੜਾਸ ਤਾਂ ਜੀ, ਸਾਡੀ ਪੜਾਸ ਗਾਲਾਂ ਨਾਲ ਨਿਕਲੀ, ਆਪਣਾ ਨੋਰਮਲ ਖੜੇ ਹੁੰਦੀਆਂ ਨੀ, ਹਾਂ ਤੁਸੀਂ ਗਾਲ ਹੀ ਆਉਂਦੀ, ਫਿਰ ਪਹੁੰਚ ਗਿਆ ਮੀਡੀਆ ਦੇ ਗਾਲ ਨੇ ਕੱਢਦੀ, ਐਕਸੀਡੈਂਟ ਪਹੁੰਚ ਗਿਆ ਉੱਥੇ, ਕਿਹੜਾ ਉਹ ਪਹੁੰਚ ਗਿਆ ਨੇ ਕੁੰਡੀ ਲਾਏ ਕੰਮ ਸਾਧਨਾ, ਬਸ ਉਹ ਆਊਗਾ ਫਿਰ ਫਿਰ ਭੱਜਣੀ, ਮੈਂ ਘਰੇ ਫੋਨ ਕੀਤਾ ਹੁਣ, ਨਾਲ ਹੀ ਉੱਡ ਗਈ 2 ਘੰਟੇ ਬਾਅਦ ਹੀ, ਨਾਲ ਹੀ ਉੱਡ ਗਈ, ਇਹ ਪਰਮਾਨੈਂਟ ਨਹੀਂ ਆਉਂਦੀ, ਇਹ ਦਫ਼ਤਰ ਦੇ ਹਾਲ ਨੇ, ਕੋਈ ਮੁਲਾਜ਼ਮ ਵੀ ਨਹੀਂ। ਪਰਸੋਂ ਰਾਤੀ ਅਸੀਂ ਮੁਹੱਲੇ ਵਾਲਿਆਂ ਨੇ ਰਾਤੀ 1:30 ਅਸੀਂ ਪੌੜੀਆਂ ਲਿਆ ਕੇ ਆਪ ਲੈ ਠੀਕ ਕਰਾਈ, ਦਫ਼ਤਰ ਸਾਹਿਬ ਨੂੰ ਮੈਂ ਇੱਥੇ ਖੜ ਕੇ ਕਾਲ ਕੀਤੀ ਸੀਗੀ, ਉਹਨਾਂ ਨੇ ਸਾਰੇ ਮੁਹੱਲੇ ਵਾਲੇ ਦੇ ਵਿੱਚ ਫੋਨ ਕੱਟਿਆ ਮੇਰਾ, ਸਾਰੇ 2 ਵਾਰ ਫੋਨ ਕੱਟਿਆ ਜੀ ਉਹਨਾਂ ਨੇ, ਕਿਸੇ ਨੇ ਗੱਲ ਕੀਤੀ, ਜਿਹੜਾ ਇੱਥੇ ਆਫਿਸ ਵਾਲਾ ਨੰਬਰ ਆ ਵੋਕਲ ਪੁਆਇੰਟ ਦਾ ਉੱਥੇ ਗੱਲ ਕੀਤੀ, ਰਾਤ ਦਾ ਘੱਟੋ ਘੱਟ ਮੈਂ ਫੋਨ ਦੂਜਾ ਦਿਖਾਊਂਗਾ ਮੈਂ ਲਿਆ ਕੇ, ਅਤੇ ਸਾਨੂੰ ਟੇਲ ਭੇਜੂਗਾ, 150 ਫੋਨ ਕੀਤਾ ਜੀ ਘੱਟੋ ਘੱਟ ਰਾਤ ਦਾ, ਕਿਸੇ ਨੇ ਫੋਨ ਨਹੀਂ ਚੱਕਦਾ ਜੀ, ਕੋਈ ਨਹੀਂ ਫੋਨ ਚੱਕਦਾ। ਭਾਈ ਕਿੰਨਾ ਪਰੇਸ਼ਾਨ ਹੋ ਗਿਆ? ਬਹੁਤ ਪਰੇਸ਼ਾਨ ਹੈ ਜੀ, ਨਿਆਣੇ ਸਾਰੇ ਰਾਤ ਸੌਂਦੇ ਨਹੀਂ ਗੇ, ਸਕੂਲੇ ਜਾਂਦੇ ਸੌ ਜਾਂਦੇ ਆ, ਹਾਂ ਪਸੀਨਾ ਤਾਂ ਸੁੱਕਣਾ ਹੀ, ਦੇਖੋ ਇੱਥੇ ਠੰਡੀ ਹਵਾ, ਬਿਜਲੀ ਘਰ ਦੇ ਹਾਲਾਤ ਆ, ਫੋਕਲ ਪੁਆਇੰਟ ਦੇ ਹਾਲਾਤ ਆ, ਨਾ ਐਕਸੀਐਨ ਨਾ ਜਈ ਹੈ ਨਾ SDO ਹੈ, ਲੇਕਿਨ ਇਹ ਤਸਵੀਰ ਤੁਹਾਨੂੰ ਇਸ ਕਰਕੇ ਦਿਖਾਈ ਜਾ ਰਹੀ ਹੈ ਕਿ ਲੋਕ ਜਿਹੜੇ ਨੇ ਇੰਨੇ ਕੁ ਪਰੇਸ਼ਾਨ ਹੋ ਚੁੱਕੇ ਹੋਏ ਨੇ ਕਿ ਨੈਸ਼ਨਲ ਕਲੋਨੀ ਟਿੱਬਾ ਰੋਡ ਦੇ ਲੋਕ ਨੇ ਜਿਹੜੇ ਇੰਨੇ ਪਰੇਸ਼ਾਨ ਹੋ ਚੁੱਕੇ ਹੋਏ ਨੇ ਕਿ ਬਿਜਲੀ ਆ ਨਹੀਂ ਰਹੀ, ਅਤੇ ਬਿਜਲੀ ਮਹਿਕਮੇ ਦੇ ਕਰਮਚਾਰੀ ਆਪਣੀ ਕੁਰਸੀਆਂ ਦੇ ਉੱਤੇ ਨਹੀਂ ਹੈਗੇ ਨੇ, ਲੇਕਿਨ ਇੰਨੇ ਕੁ ਹੋ ਚੁੱਕੀ ਆਵਾਮ ਦਾ ਆਖਿਰ ਹੱਲ ਕਿੱਦਾਂ ਨਿਕਲੇਗਾ? ਕਿ
ਇੱਕ ਪਾਸੇ ਕਿਹਾ ਜਾਂਦਾ ਕਿ ਬਿਜਲੀ ਦੇ ਬਲਬ ਨਹੀਂ ਚਮਕਣ ਦੇਵਾਂਗੇ ਤੇ ਦੂਜੇ ਪਾਸੇ ਲੋਕ ਜਿਹੜੇ ਨੇ ਬਾਹਰ ਆ ਕੇ ਪ੍ਰੋਟੈਸਟ ਕਰ ਰਹੇ ਨੇ ਤੇ ਆਪਣੇ ਘਰ ਦੀ ਵਿੱਚ ਲਾਈਟਾਂ ਲੈ ਕੇ ਆਉਣ ਨੂੰ ਪਰੇਸ਼ਾਨ ਹੋ ਗਏ ਤੇ ਘਿਰਾਵ ਕੀਤਾ ਫੋਕਲ ਪੁਆਇੰਟ ਬਿਜਲੀ ਘਰ ਦਾ। ਜੋ ਬਿਜਲੀ ਦੀ ਸਮੱਸਿਆ ਨਾਲ ਜੂਝ ਰਹੇ ਨੈਸ਼ਨਲ ਕਲੋਨੀ ਦੇ ਲੋਕ ਸੀਗੇ ਉੱਥੇ ਐਕਸਨ ਸਾਹਿਬ ਖੁਦ ਪਹੁੰਚ ਚੁੱਕੇ ਹੋਏ ਤੇ ਉਸ ਇਲਾਕੇ ਦਾ ਦੌਰਾ ਵੀ ਕੀਤਾ ਤੇ ਜਿਹੜਾ ਟਰਾਂਸਫਾਰ ਜਿਹਦੇ ਉੱਤੇ ਲੋਡ ਜ਼ਿਆਦਾ ਸੀਗਾ ਉਸਦੇ ਬਾਰੇ ਗੱਲਬਾਤ ਵੀ ਕਰਦੇ ਹਾਂ। ਐਕਸਨ ਸਾਹਿਬ ਕੀ ਪੂਰਾ ਮਾਮਲਾ ਹੈ, ਕੀ ਹੈ ਲੋਕਾਂ ਨੇ ਬਿਜਲੀ ਘਰ ਘੇਰ ਲਿੱਤਾ ਤੁਹਾਡਾ ਤੇ ਉੱਥੇ ਪ੍ਰੋਟੈਸਟ ਸ਼ੁਰੂ ਕਰ ਦਿੱਤਾ, ਪੰਜਾਬ ਸਰਕਾਰ ਮੁਰਦਾਬਾਦ ਦੇ ਨਾਰੇ, ਬਿਜਲੀ ਡਿਪਾਰਟਮੈਂਟ ਮੁਰਦਾਬਾਦ ਦੇ ਨਾਰੇ ਲਗਾਉਣੇ ਸ਼ੁਰੂ ਕੀਤੇ ਤੇ ਅੱਜ ਨੂੰ ਤੁਸੀਂ ਇੱਥੇ ਪਹੁੰਚੇ ਹੋ, ਕੀ ਹੱਲ ਕਿੱਦਾਂ ਕੀਤਾ ਜਾਊਗਾ? ਨਹੀਂ ਘੇਰਿਆ ਨਹੀਂ ਹੈਗਾ ਜੀ, ਪਹਿਲਾਂ ਤਾਂ ਇਹੀ ਕਰੈਕਟ ਆ। ਉੱਥੇ ਆਏ ਸੀਗੇ ਇਕੱਠੇ ਹੋ ਕੇ, ਕਹਿੰਦੇ ਸਾਡੀ ਸਮੱਸਿਆ ਆ ਰਹੀ ਹੈ ਬਾਰ ਬਾਰ ਸਾਨੂੰ ਵੀ ਫਿਊਜ ਲਗਾਉਂਦੇ ਹਾਂ ਅਤੇ ਥੋੜ੍ਹੇ ਟਾਈਮ ਬਾਅਦ ਜਦੋਂ ਲੋਡ ਪੈਂਦਾ ਫਿਊਜ ਉੜ ਜਾਂਦਾ ਵਾ। ਫਿਊਜ ਤਾਂ ਖੈਰ ਲਗਾਤਾ ਸੀਗਾ, ਠੀਕ ਹੋ ਗਈ ਸੀ ਲਾਈਟ ਤਾਂ ਇਹਨਾਂ ਦੀ ਚੱਲ ਗਈ ਹੋਈ ਹੈ, ਬਟ ਇਹ ਕਹਿੰਦੇ ਇਹਦਾ ਕੋਈ ਪੱਕਾ ਹੱਲ ਕਰੋ ਤਾਂ ਉਹਦੇ ਲਈ ਆਪਾਂ ਕੋਈ ਇਹਦਾ ਅਲਟਰਨੇਟ ਸੋਲਿਊਸ਼ਨ ਕਰ ਰਹੇ ਹਾਂ। ਲੇਕਿਨ ਸਰ ਇਹਦੇ 'ਚ ਇੱਕ ਉਹਨਾਂ ਨੇ ਆਹ ਵੀ ਕਿਹਾ ਕਿ 2 ਸਾਲ ਹੋ ਗਏ ਨੇ ਸਾਡਾ ਕਿ ਟਰਾਂਸਫਾਰਮਰ ਉੱਥੇ ਪਾਸ ਹੋਇਆ ਪਿਆ ਵਾ ਵੱਡਾ, ਜਿੱਦਾਂ ਏਰੀਆ ਜਿੱਦਾਂ ਪਾਪੂਲੇਸ਼ਨ ਵੱਧ ਰਹੀ ਹੈ ਉਸ ਹਿਸਾਬ ਦੇ ਨਾਲ ਚੈਕਿੰਗ ਨਹੀਂ ਕੀਤੀ ਜਾਂਦੀ, ਸਰਵਰ ਨਹੀਂ ਭੇਜਦੇ ਤੁਸੀਂ ਜਿਹੜਾ ਚੈੱਕ ਕੀਤਾ ਜਾਵੇ ਪਾਪੂਲੇਸ਼ਨ ਪਹਿਲੇ ਕਿੰਨੀ ਸੀ ਅਤੇ ਹੁਣ ਕਿੰਨੀ ਹੈ ਅਤੇ ਉਸ ਹਿਸਾਬ ਨਾਲ ਲੋਡ ਵਧਾ ਕੇ ਟਰਾਂਸਫਾਰਮਰ ਦਾ ਲੋਡ ਵਧਾ ਦਿੱਤਾ ਜਾਵੇ? ਨਹੀਂ, ਕਈ ਵਾਰੀ ਇੱਦਾਂ ਹੁੰਦਾ ਵਾ ਨਾ, ਅਚਨਚੇਤੀ ਲੋਡ ਆ ਗਿਆ, ਜਿਵੇਂ ਇਸ ਵਾਰ ਸਮਰਸ ਥੋੜ੍ਹੇ ਹੈਵੀ ਰਹੇ ਨੇ ਸਾਰੀ ਜਗ੍ਹਾ 'ਤੇ, ਇੱਕਦਮ ਲੋਡ ਆ ਗਿਆ ਤਾਂ ਕਰਕੇ ਆ ਗਈ ਹੈ ਸਮੱਸਿਆ। ਬਾਕੀ ਇਹੋ ਜਿਹੀ ਕੋਈ ਗੱਲ ਨਹੀਂ ਹੈਗੀ ਵੀ ਕੋਈ ਲੇਟ ਹੋ ਰਿਹਾ ਵਾ ਕੰਮ ਜਾਂ ਕੋਈ 2 ਸਾਲ ਤੋਂ, ਇੱਦਾਂ ਦਾ ਕੋਈ ਇਸ਼ੂ ਨਹੀਂ ਹੈ। ਬਟ ਫਿਲਹਾਲ ਅਸੀਂ ਟੈਂਪਰੇਰੀ ਸੋਲਿਊਸ਼ਨ ਇਹਨਾਂ ਦਾ ਥੋੜ੍ਹਾ ਲੋਡ ਉਤਾਰ ਕੇ ਇੱਕ ਕੋਲ ਹੀ ਇੱਕ ਹੋਰ ਟਰਾਂਸਫਾਰਮਰ ਹੈਗਾ, ਉਹ 'ਤੇ ਲੋਡ ਘੱਟ ਆ, ਉਹਦੇ 'ਤੇ ਅਸੀਂ ਸ਼ਿਫਟ ਕਰ ਰਹੇ ਹਾਂ। ਨਹੀਂ ਸ਼ਿਫਟ ਕੀਤਾ ਨਹੀਂ, ਅਸੀਂ ਕਰਨ ਲੱਗੇ ਹਾਂ, ਅੱਜ ਹੋ ਜੂਗਾ। ਕਿੰਨੀਆਂ ਕਲੋਨੀਆਂ ਦਾ ਲੋਡ ਇੱਥੇ ਇੱਕ ਟਰਾਂਸਫਾਰਮਰ ਦੇ ਉੱਤੇ ਹੈਗਾ ਸੀ, ਕਿੰਨੇ ਏਰੀਆ ਦਾ ਮਤਲਬ? ਬਸ ਆਹੀ ਹੈ ਜੀ, ਕੇਬਲ ਜਾ ਰਹੀ ਹੈ ਸਾਹਮਣੇ, ਇਹੀ ਲੋਡ ਹੈ ਇਹਦੇ 'ਤੇ, ਕੋਈ ਹੋਰ ਜ਼ਿਆਦਾ ਤਾਂ ਹੈ ਨਹੀਂ ਲੋਡ। ਲੇਕਿਨ ਸਰ ਗ੍ਰਿੱਡ ਬਣਨ ਦੇ ਨਾਲ ਕੋਈ ਫਾਇਦਾ ਨਹੀਂ ਹੋਇਆ ਫਿਰ ਅਲਕਾਪੁਰ ਵੀ? ਗ੍ਰਿੱਡ ਦਾ ਹੋਰ ਇਸ਼ੂ ਹੁੰਦਾ ਵਾ ਨਾ, ਉਹਦੇ ਨਾਲ ਜਿਹੜੀਆਂ ਦੂਰੋਂ ਲਾਈਟ ਆਉਂਦੀ ਸੀਗੀ, ਜਿਹੜੇ ਰਸਤੇ 'ਚ ਫਾਲਟ ਆਉਂਦੇ ਸੀਗੇ, ਉਹ ਸਮੱਸਿਆਵਾਂ ਦੂਰ ਹੋ ਗਈਆਂ ਨੇ। ਬਟ ਜਿਹੜੇ ਲੋਕਲ ਫਾਲਟ ਨੇ ਇਸ ਵਾਰ ਲੋਡ ਜ਼ਿਆਦਾ ਆਉਣ ਕਰਕੇ ਟਰਾਂਸਫਾਰਮਰਾਂ 'ਤੇ ਆ ਰਹੇ ਨੇ, ਉਹਨਾਂ ਦੀ ਸਮੱਸਿਆ ਦੇ ਹੋਰ ਸੋਲਿਊਸ਼ਨ ਹੋਣਗੇ, ਉਹ ਵੀ ਆਪਾਂ ਲੱਗੇ ਹੋਏ, ਉਹ ਵੀ ਹੋ ਜਾਣਗੇ। ਲੇਕਿਨ ਐਕਸੀ ਸਾਹਿਬ ਸਾਫ਼ ਗੱਲ ਹੈ, ਤੁਹਾਡੇ ਦਫ਼ਤਰਾਂ ਦੇ ਵਿੱਚ ਪੱਖਿਆਂ 'ਤੇ ਕੂਲਰਾਂ ਵਿੱਚ ਦਫ਼ਤਰਾਂ ਦੇ ਵਿੱਚ ਸਾਰੀ ਆਵਾਮ ਉੱਥੇ ਬੈਠੀ ਹੋਈ ਹੈ, ਜਿਨ੍ਹਾਂ ਦੀ ਇੰਟਰਵਿਊ ਕਰਕੇ ਆਇਆ, ਆਵਾਮ ਉੱਥੇ ਹੀ ਹੈ ਤੁਹਾਡੇ ਕਮਰਿਆਂ ਦੇ ਵਿੱਚ, ਹੈ ਕਹਿ ਰਹੇ ਜਦ ਤੱਕ ਲਾਈਟ ਨਹੀਂ ਤਦ ਤੱਕ ਇੱਥੇ ਦੀ ਏ ਸੀ ਦੀ ਹਵਾ ਲੈਣੀ ਹੈ, ਕੂਲਰਾਂ ਦੀ ਹਵਾ ਲੈਣੀ ਹੈ, ਅਗਰ ਲਾਈਟ ਨਾ ਆਈ ਤਾਂ ਇੱਥੇ ਗੱਦੇ ਲੈ ਕੇ ਬਹਿ ਜਾਣਾ। ਮੈਂ ਇਸ ਬਾਰੇ ਕੋਈ ਕਮੈਂਟ ਨਹੀਂ ਕਰ ਸਕਦਾ, ਲਾਈਟ ਤਾਂ ਆ ਗਈ ਹੈ ਵੈਸੇ। ਲੇਕਿਨ ਜੋ ਡਿਮਾਂਡ ਇਹਨਾਂ ਦੀ, ਲੋਡ ਵਧਾ ਦਿੱਤਾ ਜਾਵੇ, ਟਰਾਂਸਫਾਰਮਰ ਚੇਂਜ ਕਰ ਦਿੱਤਾ ਜਾਵੇ, ਉਹ ਇਹਨਾਂ ਨੇ ਕਹਿਣਾ ਵੀ ਲੋਡ ਆਪਾਂ ਤਾਂ ਰਿਡਿਊਸ ਕਰ ਰਹੇ ਹਾਂ, ਟਰਾਂਸਫਾਰਮਰ ਦਾ ਲੋਡ ਘਟਾ ਦੇਵਾਂਗੇ, ਘਟਾ ਦੋਗੇ। ਲੇਕਿਨ ਤੁਸੀਂ ਕਹਿ ਰਹੇ ਸੀ 2 ਸਾਲ ਤੋਂ ਪਾਸ ਹੋਇਆ ਪਿਆ ਟਰਾਂਸਫਾਰਮਰ? ਹਾਂਜੀ, ਇਹ ਕਹਿ ਰਹੇ ਜੀ ਸਾਰੇ ਮੁਹੱਲੇ ਵਾਲੇ ਕਹਿੰਦੇ, ਭਾਜੀ ਹੁਣੀ ਕਹਿ ਰਹੇ ਵੀ 2 ਸਾਲ ਤੋਂ ਟਰਾਂਸਫਾਰਮਰ ਪਾਸ ਹੋਇਆ, ਬਟ ਇਹਨਾਂ ਦੇ ਬਿਜਲੀ ਵਾਲੇ ਜਿਹੜੇ ਠੀਕ ਕਰਨ ਆਉਂਦੇ ਨੇ ਉਹ ਆਪ ਕਹਿੰਦੇ ਆ ਜੀ, ਲਾਈਨਮੈਨ ਕਹਿੰਦੇ ਆ ਸਰ, ਲਾਈਨਮੈਨ ਉੱਧਰ ਅਸੀਂ ਰਾਤ ਨੂੰ ਇੱਥੋਂ ਕੇਬਲ ਸੜੀ ਸੀਗੀ, ਰਾਤ ਨੂੰ ਅਸੀਂ ਪਰਸੋਂ 1:30 ਵਜੇ ਠੀਕ ਕਰਾਈ ਆ, ਆਪ ਪੌੜੀਆਂ ਲੈ ਕੇ ਆਏ ਸੀ ਕਿਰਾਏ 'ਤੇ ਜਾ ਕੇ, ਠੀਕ ਹੈ ਜੀ। ਲਾਈਨਮੈਨ ਕਹਿ ਰਿਹਾ ਕਿ 2 ਸਾਲ ਪਹਿਲੇ ਦਾ ਗੱਲਾਂ ਹੁੰਦੀਆਂ ਨੇ, ਕਹੀ ਸੁਣੀ ਗੱਲ ਦੇ ਵਿੱਚ, ਕਹੀ ਸੁਣੀ ਗੱਲ ਹੁੰਦੀ ਹੈ, ਇੱਦਾਂ ਦਾ ਨਹੀਂ ਕੁਛ ਵੀ ਹੁੰਦਾ ਹੈਗਾ, ਕੁਛ ਨਹੀਂ ਹੈਗਾ। ਕੁਛ ਨਹੀਂ, ਲੋਡ ਦੇ ਮੁਤਾਬਿਕ ਟਰਾਂਸਫਾਰਮਰ ਬਦਲਿਆ ਜਾ ਸਕਦਾ? 200 KVA ਦਾ ਟਰਾਂਸਫਾਰਮਰ ਆ, ਥੋੜ੍ਹਾ ਲੋਡ ਅੱਜ ਆਪਾਂ ਇਹਦਾ ਰਿਡਿਊਸ ਕਰ ਰਹੇ ਹਾਂ, ਤਾਂ ਮੇਰੇ ਹਿਸਾਬ ਨਾਲ ਉਸ ਤੋਂ ਬਾਅਦ ਸਮੱਸਿਆ ਨਹੀਂ ਆਊਗੀ। ਜੇ ਫਿਰ ਵੀ ਕੋਈ ਆਊਗਾ ਤਾਂ ਅਸੀਂ ਮੌਕੇ 'ਤੇ ਐਮਪੀਅਰ ਮੀਟਰ ਲਾ ਕੇ ਸ਼ਾਮ ਨੂੰ ਚੈੱਕ ਕਰ ਲਵਾਂਗੇ, ਜੇ ਹੋਊਗਾ ਫਿਰ ਆਪਾਂ ਉਹ ਵੀ ਕਰ ਦੇਵਾਂਗੇ। ਸੋਹਣੀ ਗੱਲ ਕਹੀ, ਐਮਪੀਅਰ ਮੀਟਰ ਚੈੱਕ ਦੇਣਗੇ, ਸ਼ਿਫਟ ਕਰ ਦੇਣਗੇ ਲੋਡ ਜਿਹੜਾ ਹੈਗਾ, ਹੁਣ ਸ਼ਿਫਟ ਕਰ ਦੇਣਗੇ ਦੂਜੇ ਟਰਾਂਸਫਾਰਮ ਤੋਂ ਦੂਜੇ ਟਰਾਂਸਫਾਰਮ, ਇਹਦਾ ਲੋਡ ਘਟਾ ਦਿੱਤਾ ਜਾਊਗਾ, ਲਾਈਟ ਨਹੀਂ ਜਾਊਗੀ, ਆਸ਼ਵਾਸਨ ਦੇ ਰਹੇ ਨੇ। ਭਾਜੀ ਹੁਣ ਸਾਰੇ ਮੁਹੱਲੇ ਵਾਲੇ ਕਹਿ ਰਹੇ ਵੀ ਅਸੀਂ ਟਰਾਂਸਫਾਰਮ ਹੀ ਚੇਂਜ ਕਰਾਉਣਾ, ਪਿਛਲੇ 2 ਸਾਲ ਤੋਂ ਇਹੀ ਚੱਲਦੀ ਪਈ ਹੈ ਭਾਜੀ। ਭਾਜੀ ਇਸ ਮਹੀਨੇ ਦੇ ਵਿੱਚ ਲਗਾਤਾਰ ਘੱਟੋ ਘੱਟ 10 ਵਾਰ ਇਹ ਕੰਮ ਹੋ ਚੁੱਕਿਆ ਜੀ, 10 ਵਾਰ ਲਾਈਟ ਨਹੀਂ ਰਹੀ ਪੂਰੇ ਦਿਨ, 2-2 ਦਿਨ ਲਾਈਟਾਂ ਨਹੀਂ ਆਉਂਦੀਆਂ ਜੀ। ਸਾਨੂੰ ਪੁੱਛੋ ਸੀ ਕੀ ਹਾਲ ਹੁੰਦਾ, ਰਾਤ 1:30 ਵਜੇ ਅਸੀਂ ਇੱਥੇ ਬੈਠ ਕੇ ਕੱਢਦੇ ਵੀ ਕੋਈ ਲਾਈਨਮੈਨ ਆਊਗਾ ਠੀਕ ਕਰੂਗਾ, ਲਾਈਨਮੈਨ ਆਊਗਾ ਠੀਕ ਕਰੂਗਾ, 1-2 ਘੰਟੇ ਵੀ ਨਹੀਂ ਚੱਲਦਾ, ਲਗਾ ਕੇ ਜਾਤੇ ਹੈ ਫਿਰ ਉੜ ਜਾਤੀ ਹੈ, 4 ਦਿਨ ਸੇ ਤਾਂ ਔਰ ਖੜੇ ਹੋ ਗਏ। ਹੱਲ ਕਰ ਰਹੇ ਨੇ ਤਾਂ ਸੰਤੁਸ਼ਟ ਹੈਗੇ ਭਾਜੀ? ਟਰਾਂਸਫਾਰਮ ਸਾਡਾ ਟਰਾਂਸਫਾਰਮ ਚਾਹੀਦਾ ਭਾਜੀ, ਟਰਾਂਸਫਾਰਮ ਬਦਲਾ ਦਿਓ ਸਾਡਾ ਯਾਰ, ਤੁਹਾਡੀ ਮਾਂ ਇੱਕੋ ਹੀ ਨੇ, ਟਰਾਂਸਫਾਰਮ ਬਦਲਾ ਦਿਓ, ਲੋਡ ਘਟਾਉਣਾ ਕੁਛ ਨਹੀਂ ਹੋਣਾ ਸਰ।
ਕੁਛ ਵੀ ਨਹੀਂ ਹੋਣਾ। ਤੁਸੀਂ ਲੋਡ ਘਟਾਓਗੇ, ਤੁਸੀਂ ਦੂਜੇ ਦਿਨ ਫੇਰ ਇਹੀ ਕੰਮ ਹੋ ਜਾਣਾ। ਜੇ ਸਾਡਾ ਟ੍ਰਾਂਸਫਰ ਅਪਲਾਈ ਹੋਇਆ ਪਿਆ, ਸਾਡਾ ਟ੍ਰਾਂਸਫਰ ਪਾਸ ਹੋਇਆ ਪਿਆ, ਉਹ ਕਿਉਂ ਨਹੀਂ ਲਾਇਆ ਜਾ ਰਿਹਾ? ਡਾਕੂਮੈਂਟ ਹੈਗੇ ਪਾਸ ਹੋਇਆ ਪਿਆ ਸਰ? ਐਪਲੀਕੇਸ਼ਨਾਂ ਦਿੱਤੀਆਂ ਹੋਈਆਂ ਸਰ? ਨਹੀਂ ਕੋਈ ਪੱਕੀ ਅਪਰੂਵਲ ਹੋਵੇ ਕਿ ਪਾਸ ਹੋਇਆ ਪਿਆ? ਸਰ ਬਿਜਲੀ ਵਾਲੇ ਆਪ ਆ ਕੇ ਗਏ ਨੇ ਵੀ ਸਾਡਾ ਟ੍ਰਾਂਸਫਰ ਦਾ ਪਾਸ ਹੋਇਆ ਪਿਆ, ਸਮਾਨ ਵੀ ਨਿਕਲਿਆ ਪਿਆ, ਉਹਨਾਂ ਨੇ ਐਂ ਕਿਹਾ ਕਿਹਾ ਸਾਨੂੰ। ਸਰ ਤੁਸੀਂ ਇਹਦਾ ਜਵਾਬ ਦੇ ਸਕਦੇ, ਤੁਹਾਡੇ ਹੀ ਲਾਈਨ ਮੈਨ ਹੈ, ਤੁਹਾਡੇ ਹੀ ਪ੍ਰਾਈਵੇਟ ਲਾਈਨ ਮੈਨ ਹੈ, ਉਹਨਾਂ ਨੇ ਸਾਫ਼ ਗੱਲ ਕਹਿਤੀ ਹੈ ਕਿ ਸਮਾਨ ਪਿਆ ਹੋਇਆ ਵਾ। ਕਿਹੜਾ ਸਮਾਨ ਕਢਵਾ ਕੇ ਰੱਖਿਆ? ਇੰਨਾ ਨਹੀਂ ਪਤਾ ਹੋਊਗਾ ਕਿੱਥੇ ਪਿਆ ਜੀ ਸਮਾਨ। ਬਿਜਲੀ ਦਫ਼ਤਰ? ਉਹ ਕਹਿੰਦੇ ਸਾਨੂੰ ਬਿਜਲੀ ਦਫ਼ਤਰ ਆਓ, ਤੁਸੀਂ ਗੱਲ ਕਰੋ ਬਿਜਲੀ ਦਫ਼ਤਰ ਜਾ ਕੇ। ਦਫ਼ਤਰ ਨਹੀਂ ਆਉਂਦੇ, ਕਹਿੰਦੇ ਬਿਜਲੀ ਦਫ਼ਤਰ ਆ ਕੇ ਗੱਲ ਕਰੋ, ਸਾਰਾ ਮਹੱਲਾ ਕਹਿੰਦੇ ਇਕੱਠਾ ਕਰਕੇ। ਸਰ ਇੱਕ ਜਣਾ ਤਾਂ ਝੂਠ ਬੋਲ ਸਕਦਾ? ਜਿਹੜੀ ਤੁਸੀਂ ਇੱਥੇ ਗੱਲ ਕੀਤੀ ਸੀਗੀ, ਤੁਹਾਨੂੰ ਕਿੰਨੇ ਕਿਹਾ ਸੀ ਬਿਜਲੀ ਘਰ ਦਾ ਖਰਾਬ ਕਰੋ ਤੇ ਉਸ ਤੋਂ ਬਾਅਦ ਤੁਹਾਡਾ ਮੀਟਰ ਲੱਗ ਜਾਊਗਾ? ਸਰ ਜਿਹੜੇ ਲਾਈਨਮੈਨ ਆਉਂਦੇ ਨੇ, ਮੈਂ ਨਾਂ ਤਾਂ ਨਹੀਂ ਪਤਾ, ਰਾਤ ਨੂੰ 1:30 ਵਜੇ ਲਾਈਨਮੈਨ ਜਿਹੜੇ ਆਉਂਦੇ ਨੇ, ਉਹ ਆਹੀ ਕਹਿ ਕੇ ਉਹ ਆਪ ਗੜਪੇ ਹੁੰਦੇ ਨੇ ਸਰ ਇੱਥੇ ਆ ਕੇ। ਤੁਹਾਡੇ ਹੀ ਲਾਈਨਮੈਨ, ਤੁਹਾਡੇ ਹੀ ਲਾਈਨਮੈਨ ਕਹਿ ਕੇ ਚਲੇ ਗਏ, ਧਰਨਾ ਉੱਥੇ ਲਾਉਂਗੇ, ਸੁਣਨਗੇ ਅਫਸਰ, ਅੱਜ ਸੁਣ ਕੇ ਹੀ ਬਾਹਰ ਆਏ ਹੋ ਐਕਸ਼ਨ ਸਾਹਿਬ? ਨਹੀਂ ਨਹੀਂ, ਮੇਰੇ ਕੋਲੇ ਉਦਾਂ ਵੀ ਰੂਟੀਨ ਦੇ ਵਿੱਚੋਂ ਲੋਕ ਆਪਾਂ ਕੋਲੇ ਆਉਂਦੇ ਆ, ਕਿਸੇ ਦੀ ਕੋਈ ਸਮੱਸਿਆ ਹੁੰਦੀ ਆ, ਆਪਾਂ ਜਾ ਕੇ ਦੇਖਦੇ ਹਾਂ, ਕੋਈ ਇਹੋ ਜਿਹੀ ਗੱਲ ਨਹੀਂ ਹੈਗੀ ਵੀ ਆਪਾਂ ਤਾਂ ਜੀ ਆਫਿਸ ਦੇ ਵਿੱਚ ਹੀ ਬਹਿਣਾ ਵਾ। ਤੁਸੀਂ ਇੱਕ ਲੈਟਰ ਲਿਖਣੀ ਹੈ, ਟ੍ਰਾਂਸਫਰ ਸ਼ਿਫਟ ਕਰ ਬਦਲ ਦਿਓ, ਲੋਡ ਵਧਾ ਦਿਓ, ਦੇਖ ਲੈਣਾ ਲੋਡ ਦੇ ਹਿਸਾਬ ਨਾਲ ਜੋ ਵੀ ਹੈਗਾ ਵਾ, ਉਸ ਹਿਸਾਬ ਨਾਲ ਆਪਾਂ ਦੇਖ ਲੈਂਦੇ ਹਾਂ। ਅਗਰ ਇੱਕ ਮੱਲੇ ਵਾਲੇ ਵਿਰੋਧ ਕਰਦੇ ਸੀਗੇ, ਤੁਸੀਂ ਉੱਥੇ 200 ਵਾਰਡ ਤੋਂ 350 ਵਾਰਡ ਦਾ ਕਰਾਤਾ, 400 ਵਾਰਡ ਦਾ ਗੀਤਾ ਨਗਰ ਦੇ ਕੋਲ, ਉਹ ਮੱਲੇ ਵਾਲੇ ਵਿਰੋਧ ਕੀਤਾ ਸੀਗਾ ਅਤੇ ਉਹ ਬਦਲ ਦਿੱਤਾ ਗਿਆ, ਰਾਤੋਂ ਰਾਤ ਹੀ ਬਦਲ ਦਿੱਤਾ ਗਿਆ, ਲੇਕਿਨ ਇਹਨਾਂ ਨੂੰ ਵਿਚਾਰੇ ਦਿੱਕਤ ਆ ਰਹੀ, ਇਹਨਾਂ ਨੂੰ ਬਦਲਿਆ ਜਾ ਸਕਦਾ ਨਹੀਂ? ਕਿੱਦਾਂ ਮਤਲਬ? ਨਹੀਂ ਨਹੀਂ, ਉਹ ਦੇਖੋ ਜੋ ਵੀ ਡਾਕੂਮੈਂਟਰੀ ਲੈਵਲ 'ਤੇ ਹੋਣਾ ਹੁੰਦਾ ਵਾ ਨਾ ਕੰਮ, ਉਹਦਾ ਵਿਰੋਧ ਨਾਲ ਕੋਈ ਨਹੀਂ ਸੰਬੰਧ ਹੁੰਦਾ ਹੈਗਾ। ਉੱਥੇ ਲੋਡ ਹੋਏਗੀ ਜਾਂ ਲੋਡ ਹੋਏਗਾ, ਉਸ ਹਿਸਾਬ ਨਾਲ ਹੋ ਗਿਆ ਹੋਏਗਾ, ਇੱਥੇ ਆਪਾਂ ਇੱਕ ਵਾਰੀ ਲੋਡ ਚੈੱਕ ਕਰ ਲੈਂਦੇ, ਉਸ ਤੋਂ ਬਾਅਦ ਜੋ ਵੀ ਹੋਣਾ ਹੋਏਗਾ ਉਹ ਕਰਵਾ ਦੇਵਾਂਗੇ। ਬਿਲਕੁਲ, ਇੱਕ ਵਾਰੀ ਲੋਡ ਚੈੱਕ ਕਰ ਲੈਂਦੋ, ਸੰਤੁਸ਼ਟ ਰਹੋ ਕਿਉਂਕਿ ਇੱਕ ਵਧੀਆ ਜਵਾਬ ਦਿੱਤਾ ਇਹਨਾਂ ਨੇ, ਸਹੀ ਹੈ। ਦੱਸੋ ਤੁਸੀਂ ਕਹਿੰਦੇ ਹੋ ਟ੍ਰਾਂਸਫਾਰਮ ਬਦਲਵਾਉਣਾ ਭਾਜੀ? ਵਿਜੇਨਗਰ ਵਾਲਿਆਂ ਨੇ ਇਕੱਠੇ ਹੋ ਕੇ ਕੀਤਾ ਨਾ, ਉਹਨਾਂ ਦਾ ਅੱਜ ਰਾਤ ਨੂੰ ਵਿਰੋਧ ਕਰਕੇ ਆਏ ਉਹ, ਉਹਨੇ ਜਾ ਕੇ ਆਪਣੇ ਭਾਮੀ ਵਾਲਾ ਪੂਰਾ ਬਿਜਲੀ ਦਫ਼ਤਰ ਬੰਦ ਕਰਤਾ ਸੀ ਉਹਨਾਂ ਨੇ, ਉਹ ਅੱਜ ਗਏ ਅਗਲੇ ਦਿਨ, ਬਿਜਲੀ ਦਫ਼ਤਰ ਤਾਂ ਕੀਤਾ ਨਹੀਂ ਅਜੇ ਬੰਦ, ਉਹ ਤਾਂ ਉੱਥੇ ਅਫਸਰ ਹੀ ਨਹੀਂ ਕੋਈ ਮਿਲਦਾ ਪਿਆ, ਚੇਂਜ ਕਰਾਉਣਾ ਅਸੀਂ ਨਹੀਂ, ਅਸੀਂ ਕਿਸੇ ਨੂੰ ਗਾਲਾਂ ਤਾਂ ਨਹੀਂ ਕੱਢੀਆਂ ਉੱਥੇ, ਅਸੀਂ ਤਾਂ ਬੈਠੇ ਆ ਸਰ ਜਾ ਕੇ, ਸਰ ਕੋਈ ਮਿਲੂਗਾ ਉੱਥੇ ਟ੍ਰਾਂਸਫਰ ਚੇਂਜ ਨਹੀਂ, ਤੁਸੀਂ ਉੱਥੇ ਧਰਨਾ ਨਹੀਂ ਚੱਕੋਗੇ? ਅਸੀਂ ਚੱਕਦੇ ਚੱਕਣੀ, ਅਸੀਂ ਉੱਥੇ ਬੈਠੇ ਟ੍ਰਾਂਸਫਰਮ ਚੇਂਜ ਕਰਾਉਣਾ, ਅਸੀਂ ਉੱਥੇ ਬੈਠੇ ਹਾਂ ਭਾਜੀ, ਘਰੇ ਰਾਤ ਨੂੰ 2-2 ਵਜੇ 3-3 ਵਜੇ ਆ, ਨਿੱਕੇ ਨਿੱਕੇ ਨਿਆਣੇ ਆ ਇਹਨਾਂ ਦੇ, ਤੱਪੜ ਪਏ ਹੋਏ ਨਿਆਣੇ ਦੇ ਭਾਜੀ, ਲਾਈਟ ਹੀ ਨਹੀਂ ਹੁੰਦੀ 2-2 ਚਾਰ ਮਹੀਨੇ ਦਾ ਮੁੰਡਾ, ਦੱਸੋ ਕਿੱਥੇ ਪਾਵਾਂ ਗਰਮੀ ਜਿਵੇਂ ਉਹਨੂੰ, ਸਿੰਗਲ ਲੈਂਡਰ ਤੇ ਪਿਆ ਨਹੀਂ ਜਾਂਦਾ ਹੈਗਾ, ਦੱਸੋ ਕਿਵੇਂ ਪਾਊਗਾ ਬੰਦਾ? ਬਿਲਕੁਲ ਸਾਫ਼ ਗੱਲ ਕਹਿ ਦਿੱਤੀ ਹੈ, ਸਾਫ਼ ਗੱਲ ਕਹਿਤੀ ਹੈ, ਨੈਸ਼ਨਲ ਕਲੋਨੀ ਦੇ ਬਾਹਰ ਜਿਹੜੇ ਨੇ ਐਕਸ਼ਨ ਸਾਹਿਬ ਵੀ ਪਹੁੰਚੇ, ਇਹਨਾਂ ਨੇ ਸਾਫ਼ ਗੱਲ ਕਹਿਤੀ ਹੈ ਕਿ ਬਿਜਲੀ ਘਰ ਦੋ ਬਾਹਰੋਂ ਅੰਦਰੋਂ ਦੀ ਬਾਹਰ ਨਹੀਂ ਆਇਆ ਜਾਊਗਾ, ਨਾ ਬਿਜਲੀ ਘਰ ਦਾ ਘੇਰਾਵ ਛੱਡਿਆ ਜਾਊਗਾ, ਇਸ ਕਰਕੇ ਨਹੀਂ ਛੱਡਿਆ ਜਾਊਗਾ ਜਦ ਤੱਕ ਟ੍ਰਾਂਸਫਾਰਮਰ ਚੇਂਜ ਨਹੀਂ ਹੁੰਦਾ, ਅਸੀਂ ਬਿਜਲੀ ਘਰ ਦੇ ਬਾਹਰ ਹੀ ਬੈਠੇ ਰਹਾਂਗੇ। ਹੁਣ ਦੇਖਦੇ ਹਾਂ ਐਕਸ਼ਨ ਸਾਹਿਬ ਨੇ ਤਾਂ ਕਹਿਤਾ ਲੋਡ ਚੈੱਕ ਕੀਤਾ ਜਾਊਗਾ, ਲੋਡ ਸ਼ਿਫਟ ਵੀ ਕੀਤਾ ਜਾਊਗਾ, ਮੀਟਰ ਨਾਲ ਚੈੱਕ ਕੀਤਾ ਜਾਊਗਾ ਲੋਡ ਕੈਪੈਸਿਟੀ ਕਿੰਨੀ ਹੈਗੀ ਕਿੰਨੀ ਨਹੀਂ ਹੈਗੀ, ਲੇਕਿਨ ਇਹਨਾਂ ਨੇ ਸਾਫ਼ ਗੱਲ ਕਹਿਤੀ ਹੈ ਬਿਜਲੀ ਘਰ ਦੇ ਵਿੱਚ ਹੀ ਬੈਠਿਆ ਜਾਊਗਾ ਜਦ ਤੱਕ ਟ੍ਰਾਂਸਫਾਰਮਰ ਚੇਂਜ ਨਹੀਂ ਹੁੰਦਾ ਲੁਧਿਆਣਾ। ਕੈਮਰਾਮੈਨ ਧਰਮੇ ਨਾਲ ਵਿਸ਼ਾਲ ਕਪੂਰ, ਲੁਧਿਆਣਾ ਲਾਈਵ।